तेरा एक भी बार गया ना खली, हर तीर टिकाने जड़ छड़िया, ना अख रोवे ना पीड़ होवे नी सन, पत्थरां वरगे कर छड़िया। मतलब राती दो दो बजे तक उत्थों दी डबिंग करके वापस आना करे, ते कई बजे रात नूं बस भी ना मिलनी। फिर मैं लगा मैं के नहीं यार मैं टाइम वेस्ट कर रहा हूं, खराब कर रहा हूं, ते मतलब आपां नूं ग्रो करना चाहिए, अगे वधना चाहिए। बिल्कुल कदे भी बहुता सी व्याह दा मैनूं चा मित्रों, पता नहीं सी अब पैंदा आ मित्रों, पेके जान दे डरावे गल गल ते, ओ पेके जान दे डरावे गल गल ते, ते मैं हुक्म वजाउंदा फिरदा, ओ जिदा चलदा इलाके विच ना, ओ जट चुन्नियां सकाउंदा फिरदा। छूट देती बेटा तू जो करना करना जो तेरा मतलब कई बार ऐसा किराया भी मेहनत करते चलो चलो जो तुम मिलना अपने आप मिल जाना। मतलब कदे रुको ना, हमेशा चलते रहो, ये जिंदगी दा सफर है, एदे विच कदे रुकना नहीं, चलते रहो, वो दिन जरूर आऊगा जदों कामयाबी तुहाडे वी कदम चूमेगी। ऐतकी महीने भी तू आया ना करे, किते छड़ना देगा मेरा दिल जा डरे, डर दी ना बहिंदी चाची ताईयां कोले, मैं जड़ी साक लैके आउंदी मैनू बाले। ਸਤਿ ਸ਼੍ਰੀ ਅਕਾਲ ਜੀ, ਮੈਂ ਸਿਮਰਨ, ਤੁਸੀਂ ਦੇਖ ਰਹੇ ਹੋ ਜੇ ਸੀ ਡੀ ਲਾਈਵ। ਅੱਜ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਇੱਕ ਨਵੇਂ ਚਿਹਰੇ, ਇੱਕ ਨਵੀਂ ਸ਼ਖਸੀਅਤ ਦੇ ਨਾਲ। ਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਜੇ ਸੀ ਡੀ ਦੇਖ ਰਹੇ ਜਿੰਨੇ ਵੀ ਦਰਸ਼ਕ ਸਾਰਿਆਂ ਨੂੰ ਮੇਰੇ ਵੱਲੋਂ ਤੁਹਾਡੇ ਆਪਣੇ ਮਨਪ੍ਰੀਤ ਵਾਰਸ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਜੀ ਆਇਆਂ ਨੂੰ। ਮਨਪ੍ਰੀਤ ਜੀ, ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਆਪਣੀ ਪੂਰੀ ਜੇ ਸੀ ਡੀ ਟੀਮ ਵੱਲੋਂ। ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਟਾਈਮ ਕੱਢ ਕੇ ਇੱਥੇ ਆਏ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਮਤਲਬ ਕਿੰਨਾ ਕੀਮਤੀ ਸਮਾਂ ਕੱਢ ਕੇ ਵੀ ਜਿਹੜੇ ਸਾਡੇ ਵਰਗੇ ਉੱਭਰਦੇ ਕਲਾਕਾਰ ਨੇ ਉਹਨਾਂ ਨੂੰ ਮਤਲਬ ਹਾਈਲਾਈਟ ਕਰਨ ਵਾਸਤੇ ਤੁਸੀਂ ਅੱਗੇ ਇੰਟਰਵਿਊ ਲੈ ਰਹੇ ਹੋ ਜੀ। ਮਨਪ੍ਰੀਤ ਜੀ, ਤੁਸੀਂ ਆਪਣਾ ਸਫ਼ਰ ਕਿਵੇਂ ਸ਼ੁਰੂ ਕੀਤਾ? ਸਫ਼ਰ ਤਾਂ ਸਕੂਲ ਟਾਈਮ ਤੋਂ ਸ਼ੁਰੂ ਕੀਤਾ ਸੀ, ਸ਼ੌਂਕ ਤਾਂ ਬਹੁਤ ਸੀ ਗਾਉਣ ਦਾ ਬਚਪਨ ਤੋਂ ਹੀ ਜੀ। ਇਹ ਸਕੂਲ 'ਚ ਗਾਉਣਾ, ਫਿਰ ਯੂਥ ਫੈਸਟੀਵਲ 'ਚ ਗਾਉਣਾ, ਮਤਲਬ ਕਰਦੇ 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 ਫਿਰ ਸਿੱਖਣਾ ਸ਼ੁਰੂ ਕੀਤਾ। ਫਿਰ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਮਾਸਟਰ ਮਿਊਜ਼ਿਕ 'ਚੋਂ ਕੁਰੂਕਸ਼ੇਤਰਾ ਯੂਨੀਵਰਸਿਟੀ 'ਚੋਂ, ਕਰਦੇ ਕਰਦੇ ਫਿਰ 2013 ਦੇ ਵਿੱਚ ਐਲਬਮ ਕੀਤੀ ਮੈਂ ਪੰਗਾ, ਅਤੇ ਬਸ ਫਿਰ ਉਹ ਪੰਗਾ ਐਲਬਮ ਕਰੀ ਸੀ ਵੀ ਉਹ ਪੰਗਾ ਹੀ ਪਿਆਰ ਹੈ ਤੁਹਾਡੇ ਤੋਂ। ਮਤਲਬ ਤੁਸੀਂ ਆਪਣੇ ਸਕੂਲ ਟਾਈਮ ਤੋਂ ਹੀ ਗਾਣਾ ਸਟਾਰਟ ਕਰ ਦਿੱਤਾ ਸੀ? ਹਾਂਜੀ, ਮੈਂ ਸਕੂਲ ਟਾਈਮ ਤੋਂ ਉਦਾਂ ਮਤਲਬ ਕਿ ਮੈਨੂੰ ਮੈਡਮ ਖੜਾ ਕਰਦੀ ਹੁੰਦੀ ਸੀ ਵੀ ਬੇਟਾ ਗਾਓ ਤੁਸੀਂ। ਮਤਲਬ ਬਚਪਨ ਤੋਂ ਹੀ? ਹਾਂ, ਤੁਸੀਂ ਸ਼ੌਂਕ ਰੱਖਦੇ ਸੀ ਕਿ ਗਾਣਾ? ਰੱਖਦਾ ਸੀ ਮੈਂ, ਮਤਲਬ ਕਿ ਮੈਨੂੰ ਤਾਂ ਈਵਨ ਕਿ ਵੀ ਮੈਡਮ ਕਹਿੰਦੀ ਸੀ ਕਿ ਮੈਂ ਕੰਮ ਨਹੀਂ ਕਰਕੇ ਜਾਂਦਾ ਹੁੰਦਾ ਸੀ ਸਕੂਲ ਦਾ, ਜਦੋਂ ਕੁੱਟ ਪੈਣੀ ਕਰਨੀ ਸਾਰੇ ਬੱਚਿਆਂ ਨੂੰ, ਅਤੇ ਮੈਡਮ ਕਹਿੰਦੀ ਸੀ ਬੇਟਾ ਤੂੰ ਕੰਮ ਕਰ, ਤੂੰ ਗਾਣਾ ਸੁਣਾਵੇ, ਤੇਰੀ ਮਤਲਬ ਕਿ ਜੋ ਵੀ ਹੈ ਉਹ ਮਾਫ਼ ਹੈ ਸਾਰਾ ਕੁਛ, ਮਤਲਬ ਪਨਿਸ਼ਮੈਂਟ ਨਹੀਂ ਮਿਲੂਗੀ, ਤੂੰ ਗਾਣਾ ਸੁਣਾ ਦੇ। ਬਚਪਨ ਤੋਂ ਹੀ ਇੰਨਾ ਵਧੀਆ ਗਾਉਂਦੇ ਸੀਗੇ? ਹਾਂ, ਬਸ ਸ਼ੌਂਕ ਸੀ ਬਚਪਨ ਤੋਂ ਹੀ ਗਾਉਣ ਦਾ, ਫਿਰ ਸਿੱਖਦੇ ਸਿੱਖਦੇ ਫਿਰ ਸਿੰਗਿੰਗ ਤੋਂ ਫਿਰ ਕਿਵੇਂ ਮਿਊਜ਼ਿਕ ਵਿੱਚ ਐਂਟਰ ਹੋਇਆ ਜੀ, ਹੁਣ ਗਾਣੇ ਕਰਨੇ ਸ਼ੁਰੂ ਕਰਤੇ, ਫਿਰ ਹੋਰ ਵੀ ਮਤਲਬ ਕਿ ਜਿਵੇਂ ਸਿੰਗਰਾਂ ਦੇ ਵੀ ਟਰੈਕ ਕੀਤੇ, ਜਿਵੇਂ ਭਾਈ ਦਾ ਵੀ ਆਪਾਂ ਕਰ ਰਹੇ ਹਾਂ, ਐਲਬਮ ਕਰ ਰਹੇ ਹਾਂ ਜੀ। ਅਤੇ ਤੁਸੀਂ ਕਿਹੜੇ ਸਿੰਗਰ ਨੂੰ ਦੇਖ ਕੇ ਬਚਪਨ ਦੇ ਵਿੱਚ ਪ੍ਰਭਾਵਿਤ ਹੋਏ ਕਿ ਮਤਲਬ ਵੱਡਾ ਹੋ ਕੇ ਨਾ ਮੈਂ ਇੱਦਾਂ ਗਾਣਾ ਆ, ਇੰਨਾ ਫੇਮਸ ਹੋਣਾ ਆ ਉਹਨਾਂ ਦੀ ਤਰ੍ਹਾਂ? ਬਚਪਨ ਤੋਂ ਨਾ ਮੈਂ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਮੈਂ ਬਹੁਤ ਵੱਡਾ ਮਤਲਬ ਫੈਨ ਰਿਹਾ ਜੀ, ਅਤੇ ਉਹਨਾਂ ਨੂੰ ਮੈਂ ਬਹੁਤ ਸੁਣਿਆ, ਗੁਲਾਮ ਅਲੀ ਸਾਹਿਬ ਨੂੰ ਸੁਣਿਆ, ਮਤਲਬ ਜਿਹੜੇ ਵਧੀਆ ਸਰੋਤੇ ਨੇ, ਜਿਹੜੇ ਵਧੀਆ ਗਾਉਣ ਵਾਲੇ ਕਲਾਕਾਰ ਨੇ, ਮੈਂ ਉਹਨਾਂ ਨੂੰ ਸੁਣਦਾ ਰਿਹਾ। ਚਲੋ, ਉਹਨਾਂ ਦੇ ਦੋ ਬੋਲ ਹੋ ਜਾਣ ਫਿਰ। ਹਾਂਜੀ, ਮੈਂ ਇੱਕ
स्कूल च गाँदा हुंदा सी अपना खान साहब दी अपना कवाली सी उसी तुम्हें दिल लगी भूल जानी पड़ेगी, तुम्हें दिल लगी भूल जानी पड़ेगी, मोहब्बत किरा हो मैया कर तो देखो, दिल लगी भूल जानी पड़ेगी, तुम्हें दिल लगी भूल जानी पड़ेगी, मोहब्बत की राहों में आकर तो देखो, तड़फने पे मेरे ना फिर तुम हंसोगे, तड़पने पे मेरे ना फिर तुम हंसोगे, कभी दिल किसी से लगा कर तो देखो। ये मतलब अपना उस टाइम गाते होंगे सी, फिर थोड़ा सा जोनर चेंज किया, फिर थोड़ा कवालियों नू साइड ते किया, फिर बहुत टाइम बाद याद कराया ते अज गाई। नहीं बहुत वधिया गाया तुसी, बहुत वधिया लग्या तुहानू सुन के, होप सो के साडे दर्शकां नू भी बहुत वधिया लग्या होगा। थैंक यू जी, थैंक यू। ते तुहाडे आने वाले नवे प्रोजेक्ट्स? आने वाले जी, मैं हुण एल्बम कर रहा अपनी जी, ते देखो बाबे दी मेरे नाल कोई वधिया प्रोड्यूसर तुहाडे इंटरव्यू राही मिल जे तां बहुत वधिया गल है। बिल्कुल मिलेंगे, साडियां दुआवां तुहाडे नाल ने। थैंक यू जी। ते तुहाडी फैमिली ने किद्दां तुहाडे इस करियर नूं देख्या, जदों तुसीं गल शेयर कीती उहनां नाल कि मैं इस लाइन दे विच करियर बनाना है, उहने सपोर्टिव सीगे जां फिर थोड़ी ना 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 ना? घरदिआं दी पूरी सपोर्ट रही जी, मतलब कि ईवन कि घरदिआं ने ते इन्नी की छूट दे दित्ती सी वी बेटा तूं जो करना कर लै, जो तेरा मन करदा वह तू कर लै, आपां कदी मम्मी ने कदी भी नहीं रोकिया। मतलब फिर बचपन तो जिहड़ा शौक सी जी, वह शौक इन्ना कुछ सी करदे 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 किसी होर फील्ड वल जाण वल ध्यान ही नहीं किया, दिमाग च नहीं आया। हाँ जी। मतलब फैमिली दे विच तुसीं सब तो पहला किहनूं दस्सिया सीगा? फैमिली दे विच दस्सण दी लोड़ ही नहीं पई बचपन तो ही पता सीगा सारिआं नूं। हाँ, मैं गाँदा हुंदा सी ना। ओके। ते उहनां नूं लगदा सी वी इह गाँदा है, मतलब कि जिथे भी जाणा रिश्तेदारां घरे जाणा ਉਹ ਵੀ ਫਿਰ ਘਰ ਦੇ ਡਿਸਕਸ ਕਰਦੇ ਸੀ ਵੀ ਇਹ ਮੁੰਡਾ ਗਾਉਂਦਾ ਤੇ ਇਹਨੂੰ ਇਸ ਲਾਈਨ 'ਚ ਇਹਨੂੰ ਨਾ ਮੋਟੀਵੇਟ ਕਰਦੇ ਸੀਗੇ ਤੁਹਾਨੂੰ? ਹਾਂ, ਕਰਦਿਆਂ ਨੇ ਪ੍ਰੋਪਰ ਮੋਟੀਵੇਟ ਕੀਤਾ, ਮਤਲਬ ਕਿਸੇ ਵੱਲੋਂ ਕੋਈ ਦਿੱਕਤ ਨਹੀਂ ਆਈ। ਮਨਪ੍ਰੀਤ ਜੀ, ਤੁਹਾਡਾ ਫਸਟ ਸੌਂਗ ਆਇਆ ਹੈ ਨਾ, ਤੇ ਉਹਦੇ ਦੋ ਬੋਲ। ਫਸਟ ਸੌਂਗ ਆਇਆ ਸੀ 2013 ਐਲਬਮ ਸੀ ਜੀ, ਉਹ ਸੈਡ ਸੌਂਗ ਸੀ। तेरा एक भी वार गया ना खाली, तेरा एक भी वार गया ना खाली, हर तीर टिकाने जड़ छड़िया, ना अख रोवे ना पीड़ होवे नी सानू पत्थरां वर्गे कर छड़िया, ना अख रोवे ना पीड़ होवे नी सानू पत्थरां वर्गे कर छड़िया। हो बहुत खूब। इस गाने दे पिछे दी स्टोरी की है? इस गाने दे पिछे दी स्टोरी ते कोई नहीं खास नहीं हुंदा है ना, जिंदा के मतलब आपां सोच के गाने के इदां दा गाना गाना है ना, ओहदे पिछे कोई वजह हुंदी है? वजह कुछ नहीं सी, जदों ओदों नॉलेज नहीं सी। Okay. ਜਦੋਂ ਆਪਾਂ ਲਾਈਨ ਦੇ ਵਿੱਚ ਐਂਟਰ ਹੋਏ ਹਾਂ ਅਤੇ ਇਹਨਾਂ ਦਲਜੀਤ ਸਿੰਘ ਭਾਅ ਜੀ ਅੰਮ੍ਰਿਤਸਰ ਤੋਂ ਜਿਨ੍ਹਾਂ ਨੇ ਇਹਦਾ ਮਿਊਜ਼ਿਕ ਕੀਤਾ ਸੀ, ਅਤੇ ਉਹਨਾਂ ਕੋਲ ਗਾਣਾ ਪਿਆ ਹੋਇਆ ਸੀ ਇਹ ਜੀ, ਅਤੇ ਕਹਿੰਦਾ ਉਹ ਕਹਿਣ ਲੱਗ ਗਏ ਵੀ ਕਹਿੰਦੇ ਮਨਪ੍ਰੀਤ ਦੇਖ ਬੇਟਾ ਅਗਰ ਤੂੰ ਗਾ ਸਕਦਾ ਤਾਂ, ਕਹਿੰਦੇ ਬੜਿਆਂ ਨੇ ਗਾਇਆ ਵੀ ਮਤਲਬ ਗੱਲ ਜੀ ਨਹੀਂ ਬਣੀ, ਕਹਿੰਦਾ ਬੇਟਾ ਤੂੰ ਜੇ ਗਾ ਸਕਦਾ ਦੇਖ ਟਰਾਈ ਕਰਕੇ, ਅਤੇ ਤੁਸੀਂ ਮੰਨੋਗੇ ਕਿ ਮੈਂ ਫਸਟ ਟੇਕ ਇਹ ਸਾਰਾ ਗਾਣਾ ਕੰਪਲੀਟ ਗਾਤਾ ਸੀ। ਵਾਹ। ਮੈਂ ਦੂਜਾ ਟੇਕ ਹੀ ਨਹੀਂ ਲਿਆ ਇਸ ਗਾਣੇ 'ਤੇ, ਅੱਜ ਵੀ ਮਤਲਬ ਕਿ ਯੂਟਿਊਬ 'ਤੇ ਪਿਆ। ਫਿਰ ਥੋੜ੍ਹੇ ਬਹੁਤੇ ਇੱਦਾਂ ਦੇ ਲੋਕ ਵੀ ਮਿਲੇ ਇਸ ਲਾਈਨ ਦੇ ਵਿੱਚ ਜਿਨ੍ਹਾਂ ਨੇ ਯੂਜ਼ ਕੀਤਾ, ਕਰਦੇ 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 ਹੁਣ ਮਤਲਬ ਕਿ ਇੰਨਾ ਕੁ ਪਤਾ ਲੱਗ ਗਿਆ ਵੀ ਆਪਾਂ ਆਪਣੇ ਵਾਸਤੇ ਕੀ ਕਰ ਸਕਦੇ ਹਾਂ, ਸਾਡੇ ਵਾਸਤੇ ਬੈਸਟ ਕੀ ਹੈ, ਪਤਾ ਲੱਗ ਗਿਆ ਕਿ ਕਿਹੜੀ ਪੋਜੀਸ਼ਨ ਹੈ, ਅੱਗੇ ਕਿੱਦਾਂ ਜਾਣਾ ਹੈ, ਕਿੱਦਾਂ ਸਭ ਕੁਝ ਮੈਨੇਜ ਕਰਨਾ ਹੈ। ਬਿਲਕੁਲ ਬਿਲਕੁਲ। ਤੇ ਹਰ ਇੱਕ ਆਰਟਿਸਟ ਦੀ ਲਾਈਫ ਦੇ ਵਿੱਚ ਜਿੱਦਾਂ ਸਟਰਗਲਿੰਗ ਪੀਰੀਅਡ ਹੁੰਦਾ, ਤੇ ਤੁਹਾਡਾ
ਸਟਰਗਲ ਤੇ ਜੀ ਬਹੁਤ ਰਿਹਾ ਮਤਲਬ ਕਿ ਇਹ ਲਗਾ ਲਓ ਵੀ ਜਦੋਂ ਐਲਬਮ ਦਾ ਕੰਮ ਸ਼ੁਰੂ ਕੀਤਾ ਸੀ ਨਾ ਜੱਸੀ ਬ੍ਰਦਰ ਕੋਲ ਆਪਾਂ ਰਿਕਾਰਡਿੰਗ ਕਰਨ ਜਾਂਦੇ ਹੁੰਦੇ ਸੀ ਮਤਲਬ ਰਾਤੀ ਦੋ ਦੋ ਵਜੇ ਤੱਕ ਉੱਥੋਂ ਦੀ ਡਬਿੰਗ ਕਰਕੇ ਵਾਪਸ ਆਉਣਾ ਘਰੇ ਅਤੇ ਕਈ ਵਾਰ ਰਾਤ ਨੂੰ ਬੱਸ ਵੀ ਨਾ ਮਿਲਣੀ ਅਤੇ ਫਿਰ ਉਸ ਤੋਂ ਬਾਅਦ ਕਾਫੀ ਮਤਲਬ ਕਿ ਦਿੱਕਤਾਂ ਵੀ ਬਹੁਤ ਆਈਆਂ ਫਸਟ ਪ੍ਰੋਜੈਕਟ ਦੇ ਵਿੱਚ ਵੀ ਕਈ ਜਦੋਂ ਮੰਨ ਲਓ ਮਿਊਜ਼ਿਕ ਵਧੀਆ ਬਣ ਗਿਆ ਜੀ ਮੰਨ ਲਓ ਕਿਸੇ ਗਾਣੇ ਦਾ ਉਹਦੀ ਵੀਡੀਓ ਖਰਾਬ ਹੋ ਜਾਂਦੀ ਸੀ ਜਿਹਦੀ ਵੀਡੀਓ ਵਧੀਆ ਬਣ ਗਈ ਉਹਦਾ ਆਡੀਓ ਖਰਾਬ ਹੋ ਜਾਂਦਾ ਸੀ ਜੇ ਦੋਵੇਂ ਚੀਜ਼ਾਂ ਵਧੀਆ ਬਣ ਜਾਂਦੀਆਂ ਸੀ ਅਤੇ ਅੱਗੋਂ ਮਤਲਬ ਕਿ ਪ੍ਰਮੋਸ਼ਨ ਵਾਲਾ ਕੋਈ ਨਹੀਂ ਮਿਲਦਾ ਸੀ ਮਤਲਬ ਕਿ ਇਹ ਸਫ਼ਰ ਸਾਰਿਆਂ ਨੂੰ ਤੈਅ ਕਰਨਾ ਪੈਂਦਾ ਦੇਖਣਾ ਪੈਂਦਾ ਹੈ ਕਿ ਕਦੋਂ ਕਿਹੜੇ ਮੋੜ ਤੇ ਕੀ ਹੋ ਜਾਵੇ ਕੁਛ ਪਤਾ ਨਹੀਂ ਮਨਪ੍ਰੀਤ ਜੀ ਤੁਸੀਂ ਆਪਣੇ ਪਿਛੋਕੜ ਬਾਰੇ ਕੁਛ ਦੱਸੋ ਪਿੱਛੇ ਕਿੱਥੇ ਤੋਂ ਤੇ ਚੰਡੀਗੜ੍ਹ ਆ ਕੇ ਕਿੱਦਾਂ ਮਤਲਬ ਇਹ ਕਿਵੇਂ ਸੋਚਿਆ ਤੇ ਕਿੱਦਾਂ ਸਫ਼ਰ ਸਟਾਰਟ ਹੋਇਆ ਤੁਹਾਡਾ ਪਿਛੋਕੜ ਜੀ ਆਪਣਾ ਸ਼ਹਿਰ ਕਰਨਾਲ ਜੀ ਜਿੱਥੇ ਮੈਂ ਮਤਲਬ ਕਿ ਬਚਪਨ ਤੋਂ ਹੀ ਸਕੂਲ ਕਾਲਜ ਦੀ ਪੜ੍ਹਾਈ ਉੱਥੋਂ ਹੀ ਕੀਤੀ ਅਤੇ ਉੱਥੋਂ ਹੀ ਸਟਾਰਟ ਕੀਤਾ ਸੀ ਗਾਇਕੀ ਦਾ ਸਫ਼ਰ ਮਾਸਟਰ ਕੀਤੀ ਕੁਰੂਕਸ਼ੇਤਰ ਨੇੜੇ ਪੈਂਦੀ ਸੀ ਯੂਨੀਵਰਸਿਟੀ ਉੱਥੋਂ ਡੇਲੀ ਅਪ ਡਾਊਨ ਕਰਨਾ ਪਹਿਲਾਂ ਮੈਂ ਉਸਤਾਦ ਜੀ ਸਾਡੇ ਹੈਗੇ ਸ਼ਾਮ ਸੋਤਾ ਜੀ ਅਤੇ ਪਿੱਛੇ ਕਰਕੇ ਉਹ ਮਤਲਬ ਕਿ ਅਕਾਲ ਚਲਾਣਾ ਕਰ ਗਿਆ ਅਤੇ ਉਹਨਾਂ ਨੇ ਮਤਲਬ ਕਿ ਬਹੁਤ ਸਿਖਾਇਆ ਬਹੁਤ ਕੁਝ ਦੱਸਿਆ ਪਹਿਲਾਂ ਤਬਲਾ ਸਿਖਾਇਆ ਉਹਨਾਂ ਨੇ ਤਬਲਾ ਸਿੱਖਣ ਤੋਂ ਬਾਅਦ ਮੈਂ ਤਬਲਾ ਬਹੁਤ ਪਲੇ ਕੀਤਾ ਮਤਲਬ ਬੜੇ ਬੜੇ ਪ੍ਰੋਗਰਾਮ ਕੀਤੇ ਤਬਲੇ ਦੇ ਵੀ ਫਿਰ ਤਬਲੇ ਤੋਂ ਮੈਂ ਗਾਇਕੀ ਦੇ ਵਿੱਚ ਆਇਆ ਫਿਰ ਗਾਇਕੀ ਬਾਰੇ ਉਹਨਾਂ ਨੇ ਕਲਾਸੀਕਲ ਬਾਰੇ ਨੌਲੇਜ ਦਿੱਤੀ ਸਾਰੀ ਅਤੇ ਫਿਰ ਕਰਦੇ ਕਰਦੇ ਫਿਰ ਇੱਕ ਨਾ ਮਤਲਬ ਇੱਕ ਲਿਮਿਟਿਡ ਜੀ ਹਰਿਆਣੇ ਦੇ ਵਿੱਚ ਇੰਡਸਟਰੀ ਸੀ ਆਪਣੇ ਗਾਇਕੀ ਦੇ ਹਿਸਾਬ ਨਾਲ ਅਤੇ ਫਿਰ ਮੈਨੂੰ ਲੱਗਾ ਕਿ ਮੈਂ ਕਿਹਾ ਯਾਰ ਮੈਨੂੰ ਨਾ ਇੱਥੋਂ ਜਾਣਾ ਚਾਹੀਦਾ ਇੱਥੋਂ ਮੂਵ ਕਰਨਾ ਚਾਹੀਦਾ ਫਿਰ ਉਸ ਤੋਂ ਬਾਅਦ ਮੈਂ ਚੰਡੀਗੜ੍ਹ ਆਇਆ ਆ ਕੇ ਫਿਰ ਵਾਪਸ ਚਲਾ ਗਿਆ ਬਸ ਫਿਰ ਇੱਥੇ ਉਹ ਬਣੀ ਨਹੀਂ ਸੈਟਿੰਗ ਜੀ ਨਹੀਂ ਹੋਈ ਮਤਲਬ ਮਹੀਨੇ ਦੋ ਮਹੀਨੇ ਰਹਿ ਕੇ ਮੈਂ ਵਾਪਸ ਚਲਾ ਗਿਆ ਫਿਰ ਉਦੋਂ ਨਾ ਮੇਰੇ ਕਿਸੇ ਫਰੈਂਡ ਦੇ ਬ੍ਰਦਰ ਦੀ ਮੈਰਿਜ ਸੀ ਅਤੇ ਉਹਨਾਂ ਨੇ ਸਿੰਗਰ ਬੁਲਾਏ ਸੀ ਵਿਆਹ 'ਤੇ ਅਤੇ ਉਹਨਾਂ ਨੇ ਮਤਲਬ ਕਿ ਉੱਦਾਂ ਮੈਨੂੰ ਕਹਿ ਦਿੱਤਾ ਕਿ ਮਨਪ੍ਰੀਤ ਅਨਾਊਂਸ ਕਰਤਾ ਰੇਸ਼ਮ ਸਿੰਘ ਭਾਅ ਜੀ ਵੀ ਆਏ ਸੀ ਰੇਸ਼ਮ ਸਿੰਘ ਨੋਲ ਉਹਨਾਂ ਉਹ ਵੀ ਉਹਨਾਂ ਦੇ ਨਾਲ ਹੀ ਫਿਰ ਗਾਇਆ ਉੱਥੇ ਇੱਕ ਆਪਣੇ ਭਾਅ ਜੀ ਬੈਠੇ ਜਸਵਿੰਦਰ ਸਿੰਘ ਉਹ ਉਹਨਾਂ ਦੀ ਰਿਸ਼ਤੇਦਾਰੀ 'ਚੋਂ ਸੀ ਅਤੇ ਉਹਨਾਂ ਨਾਲ ਫਿਰ ਉਹਨਾਂ ਨੂੰ ਲੱਗਾ ਵੀ ਮੁੰਡਾ ਵਧੀਆ ਗਾਉਂਦਾ ਫਿਰ ਉਹਨਾਂ ਨੇ ਸਾਈਨ ਕੀਤਾ ਅਤੇ ਫਿਰ ਉਹਨਾਂ ਦਾ ਵੀ ਸਫ਼ਰ ਨਵਾਂ ਹੀ ਸੀ ਸ਼ੁਰੂ ਕੀਤਾ ਮੇਰੇ ਨਾਲ ਫਿਰ ਆਪਾਂ ਇਕੱਠੇ ਹੀ ਫਿਰ 79 ਆਪਾਂ ਰਹਿੰਦੇ ਰਹੇ 4-5 ਸਾਲ ਫਿਰ ਉਹਨਾਂ ਨੇ ਮਤਲਬ ਪ੍ਰੋਪਰ ਸਪੋਰਟ ਕੀਤੀ ਜੀ ਤੁਸੀਂ ਕੁਰੂਕਸ਼ੇਤਰ ਤੋਂ ਚੰਡੀਗੜ੍ਹ ਆਏ 2 ਮਹੀਨੇ ਰਹੇ ਵਾਪਿਸ ਚਲੇ ਗਏ ਫਿਰ ਦੁਬਾਰਾ ਤੋਂ ਕਰੀਅਰ ਸਟਾਰਟ ਕੀਤਾ ਹਾਂ ਫਿਰ ਚੰਡੀਗੜ੍ਹ ਆਏ ਹਾਂਜੀ ਫਿਰ ਉੱਥੇ ਤੋਂ ਨਵੀਂ ਸ਼ੁਰੂਆਤ ਹੋ ਗਈ ਫਿਰ ਦੁਬਾਰਾ ਤੋਂ ਤੇ ਇਹ ਸਫ਼ਰ ਕਿੱਦਾਂ ਮਤਲਬ ਥੋੜ੍ਹਾ ਡਿਟੇਲ 'ਚ ਡਿਟੇਲ ਇਹ ਆ ਵੀ ਮਤਲਬ ਜਦੋਂ ਪਹਿਲਾਂ ਫਸਟ ਟਾਈਮ ਆਇਆ ਸੀ ਚੰਡੀਗੜ੍ਹ ਉਦੋਂ ਨਾ ਮਤਲਬ ਰਾਹ ਨਹੀਂ ਦਿੰਦਾ ਸੀ ਕੋਈ ਜਿਹਦੇ ਕੋਲ ਵੀ ਜਾਈਏ ਮਤਲਬ ਰਸਤਾ ਕਿਸੇ ਨੇ ਰਸਤਾ ਨਹੀਂ ਦਿੱਤਾ ਅਤੇ ਫਿਰ ਮੈਂ ਸਭ ਕੁਝ ਛੱਡ ਕੇ ਬਹਿ ਗਿਆ ਸੀ ਮੈਂ ਕਿਹਾ ਯਾਰ ਛੱਡੋ ਯਾਰ ਕਰਨਾ ਹੀ ਨਹੀਂ ਫਿਰ ਮੈਂ ਸਕੂਲ ਦੀ ਜੋਬ ਕਰਨ ਲੱਗ ਗਿਆ ਮਿਊਜ਼ਿਕ ਟੀਚਰ ਦੀ ਮਿਊਜ਼ਿਕ ਟੀਚਰ ਦੀ ਜੋਬ ਕਰਦੇ ਕਰਦੇ ਉੱਦਾਂ ਹੀ ਮਤਲਬ ਕਿ ਯਾਰ ਦੋਸਤ ਕਹਿੰਦਾ ਵੀ ਯਾਰ ਮੈਰਿਜ 'ਤੇ ਜਾਣਾ ਆਪਾਂ ਅਤੇ ਚਲੋ ਚੱਲਦੇ ਹਾਂ ਮੈਂ ਚਲੋ ਚੱਲਦੇ ਹਾਂ ਉਹਨੇ ਨਾਮ ਅਨਾਊਂਸ ਕੀਤਾ ਅਤੇ ਉੱਥੇ ਹੋਰ ਹੀ ਬੜੇ ਕਲਾਕਾਰ ਆਏ ਸੀ ਅਤੇ ਉੱਥੇ ਫਿਰ ਮੈਂ ਜਿਵੇਂ ਪਹਿਲਾਂ ਦੱਸਿਆ ਜਸਵਿੰਦਰ ਭਾਅ ਜੀ UP ਤੋਂ ਨੇ ਅਤੇ ਉਹਨਾਂ ਨੇ ਦੇਖਿਆ ਵੀ ਮੁੰਡਾ ਵਧੀਆ ਗਾਉਂਦਾ ਅਤੇ ਫਿਰ ਉਹਨਾਂ ਨਾਲ ਕੰਮ ਕੀਤਾ 4-5 ਸਾਲ ਫਿਰ ਸ਼ਹਿਨਾਜ਼ ਗਿੱਲ ਨਾਲ ਗਾਣਾ ਆਇਆ ਸੀ ਪਹਿਲਾਂ ਮੇਰਾ ਉਸ ਤੋਂ ਬਾਅਦ ਸਾਈਨ ਹੋਣ ਤੋਂ ਬਾਅਦ ਫਿਰ ਬਿੱਟੂ ਚੀਮੇ ਦਾ ਗਾਣਾ ਲਿਆ ਸੀ ਚੁੰਨੀਆਂ ਉਹ ਗਾਣਾ ਬਹੁਤ ਸੋਹਣਾ ਸੀ ਅਤੇ ਉਹੀ ਗੱਲ ਹੋ ਗਈ ਨਾ ਵੀ ਕਈ ਵਾਰੀ ਜਦੋਂ ਮਿਊਜ਼ਿਕ ਵਧੀਆ ਬਣ ਜਾਂਦਾ ਵੀਡੀਓ ਵਧੀਆ ਬਣ ਜਾਂਦੀ ਫਿਰ ਐਡ ਨਹੀਂ ਹੁੰਦੀ ਆਹ ਮਤਲਬ ਕਿ ਸਫ਼ਰ ਹਜੇ ਤੱਕ ਰਿਹਾ ਆਪਣੇ ਨਾਲ ਚੱਲਦਾ ਹੀ ਹਜੇ ਵੀ ਚੱਲਦਾ ਪਿਆ ਮਿਊਜ਼ਿਕ ਟੀਚਰ ਵੀ ਰਹੇ ਹੋ ਸਟੂਡੈਂਟ ਵੀ ਰਹੇ ਹੋ ਦੋਨਾਂ ਵਿੱਚ ਕੀ ਫ਼ਰਕ ਹੈ ਸਿੱਖਣਾ ਜ਼ਿਆਦਾ ਆਸਾਨ ਹੈ ਜਾਂ ਫਿਰ ਸਿਖਾਉਣਾ ਆਸਾਨ ਤਾਂ ਕੁਛ ਵੀ ਨਹੀਂ ਗਾ ਦੋਵਾਂ 'ਚ ਕਿਉਂਕਿ ਆਸਾਨ ਤਾਂ ਉਹਦੇ ਵਾਸਤੇ ਨਾ ਵੀ ਜਿਹੜਾ ਬੰਦਾ ਸਿੱਖਿਆ ਹੋਇਆ ਉਹਦੇ ਵਾਸਤੇ ਸਿਖਾਉਣਾ ਆਸਾਨ ਹੈ ਜਿਹੜਾ ਨਹੀਂ ਸਿੱਖਿਆ ਉਹਦੇ ਵਾਸਤੇ ਸਿਖਾਉਣਾ ਬਹੁਤ ਔਖਾ ਹੈ ਅਤੇ ਉਹ ਚਲੋ ਆਪਾਂ ਸਟਾਰਟਿੰਗ 'ਚੋਂ ਹੀ ਉਸਤਾਦ ਜੀ ਨੇ ਸਾਨੂੰ ਇੰਨਾ ਕੁ ਕਰਾ ਦਿੱਤਾ ਸੀ ਵੀ ਆਪਾਂ ਨੂੰ ਪ੍ਰੋਬਲਮ ਨਹੀਂ ਆਈ ਕਦੀ ਸਿਖਾਉਣ 'ਚ ਸਕੂਲ 'ਚ ਬੱਚਿਆਂ ਨੂੰ ਵੀ ਬਹੁਤ ਇੰਜੋਏ ਕਰਦੇ ਸੀ ਬੱਚੇ ਵੀ ਮਿਊਜ਼ਿਕ ਵਾਲੇ ਸਰ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਇਹ ਸਿੰਗਰ ਹੈ ਓਕੇ ਹਾਂ ਯੂਟਿਊਬ ਸਰਚ ਵੀ ਕਰ ਦਿੰਦੇ ਸੀ ਕਈ ਬੱਚੇ ਕਹਿੰਦੇ ਸਰ ਆਪ ਸਿੰਗਰ ਹੋ ਸਰ ਆਪ ਸਿੰਗਰ ਹੋ ਇੱਦਾਂ ਦਾ ਕਰਕੇ ਮਤਲਬ ਬੜੀ ਮਿੱਠੀਆਂ ਯਾਦਾਂ ਉਹ ਨਾ ਆਪਣੇ ਸਕੂਲ ਵਾਲੀਆਂ
ਕਿਸੇ ਬੱਚੇ ਨੇ ਸਰਚ ਕਰਕੇ ਇੱਦਾਂ ਵੀ ਕਿਹਾ ਕਿ ਸਰ ਆਹ ਵੇਖਿਓ ਅਸੀਂ ਤੁਹਾਨੂੰ ਯੂਟਿਊਬ ਤੇ ਵੇਖਿਆ ਸੀਗਾ ਤੇ ਮੈਨੂੰ ਉਹ ਵਾਲਾ ਗਾਣਾ ਸੁਣਾਓ ਜਿਹੜਾ ਤੁਸੀਂ ਯੂਟਿਊਬ ਤੇ ਗਾਇਆ ਸੀ। ਉਹ ਬੜੇ ਐਕਸਾਈਟਿਡ ਹੁੰਦੇ ਸੀ ਕਿ ਉਹਨਾਂ ਨੂੰ ਲੱਗਦਾ ਸੀ ਵੀ ਐਜ਼ ਅ ਸੈਲੀਬ੍ਰਿਟੀ ਸਾਡੇ ਸਕੂਲ ਦੇ ਵਿੱਚ ਟੀਚਰ ਸਾਡਾ ਸੈਲੀਬ੍ਰਿਟੀ ਹੈ। ਹਾਂ ਤੇ ਫਿਰ ਜਦੋਂ ਇੰਨਾ ਕੁ ਮੈਂ ਸਕੂਲ 'ਚ ਮਸ਼ਹੂਰ ਹੋ ਜਾਂਦਾ ਸੀ ਫਿਰ ਮੈਨੂੰ ਹਾਰ ਕੇ ਸਕੂਲ ਛੱਡਣਾ ਪੈ ਜਾਂਦਾ ਸੀ। ਉਹ ਫਿਰ ਮੈਨੂੰ ਬੱਚੇ ਕਹਿੰਦੇ ਸਰ ਆਪ ਯਹਾਂ ਕਿਆ ਕਰ ਰਹੇ ਹੋ ਸਰ ਸਰ ਆਪ ਇੱਕ ਨਿਆ ਗਾਣਾ ਸੁਣਾਓ। ਤੇ ਫਿਰ ਮੈਨੂੰ ਲੱਗਾ ਮੈਂ ਕਿਹਾ ਨਹੀਂ ਯਾਰ ਮੈਂ ਟਾਈਮ ਵੇਸਟ ਕਰ ਰਿਹਾ ਖਰਾਬ ਕਰ ਰਿਹਾ ਤੇ ਮਤਲਬ ਆਪਾਂ ਨੂੰ ਗਰੋ ਕਰਨਾ ਚਾਹੀਦਾ ਅੱਗੇ ਵਧਣਾ ਚਾਹੀਦਾ। ਬਿਲਕੁਲ ਕਦੇ ਵੀ ਹੋਪ ਹੈ ਜਿਹੜੀ ਉਹ ਨਹੀਂ ਛੱਡਣੀ ਚਾਹੀਦੀ। ਹਾਂਜੀ ਹਾਂਜੀ ਬਿਲਕੁਲ ਗਰੋ ਕਰਦੇ ਰਹੋ। ਬਿਲਕੁਲ ਸਹੀ ਗੱਲ ਹੈ। ਜਿੱਦਾਂ ਤੁਸੀਂ ਮਿਊਜ਼ਿਕ ਟੀਚਰ ਰਹੇ ਹੋ ਸਕੂਲ 'ਚ, ਹਾਂਜੀ ਬੱਚੇ ਵੀ ਆ ਕੇ ਫਰਮਾਇਸ਼ ਪਾਉਂਦੇ ਹੁੰਦੇ ਸੀ ਕਿ ਸਰ ਆਹ ਵਾਲਾ ਗਾਣਾ ਸੁਣਾਓ ਅੱਜ। ਹਾਂ ਮੈਨੂੰ ਵੀ ਉਹੀ ਸਮਝ ਕੇ ਸੁਣਾ ਦਿਓ ਫਿਰ। ਹਾਂ ਉਹ ਇਦਾਂ ਸੀ ਨਾ ਵੀ ਬੱਚੇ ਘਰੋਂ ਦੇਖ ਲੈਂਦੇ ਸੀ ਵੀ ਅੱਜ ਸਰ ਕੋਲ ਇਹ ਗਾਣਾ ਸੁਣਾ। ਹਾਂਜੀ ਗਾਣਾ ਆਇਆ ਸੀ ਆਪਣਾ ਇੱਕ ਬਿੱਟੂ ਚਿੰਮੀ ਬਾਈ ਦਾ ਲਿਖਿਆ ਹੋਇਆ ਸੀ ਚੁੰਨੀਆਂ, ਉਹਦੇ ਦੋ ਬੋਲ ਸੁਣਾਉਣਾ। ਬਹੁਤਾ ਸੀ ਵਿਆਹ ਦਾ ਮੈਨੂੰ ਚਾ ਮਿੱਤਰੋ, ਪਤਾ ਨਹੀਂ ਸੀ ਅੱਬ ਪੈਂਦਾ ਆ ਮਿੱਤਰੋ। ਬਹੁਤਾ ਸੀ ਵਿਆਹ ਦਾ ਮੈਨੂੰ ਚਾ ਮਿੱਤਰੋ, ਪਤਾ ਨਹੀਂ ਸੀ ਅੱਬ ਪੈਂਦਾ ਆ ਮਿੱਤਰੋ। ਪੇਕੇ ਜਾਣ ਦੇ ਡਰਾਵੇ ਗੱਲ ਗੱਲ ਤੇ, ਉਹ ਪੇਕੇ ਜਾਣ ਦੇ ਡਰਾਵੇ ਗੱਲ ਗੱਲ ਤੇ ਮੈਂ ਹੁਕਮ ਵਜਾਉਂਦਾ ਫਿਰਦਾ। ਉਹ ਜਿਹਦਾ ਚੱਲਦਾ ਇਲਾਕੇ ਵਿੱਚ ਨਾ, ਉਹ ਜੱਟ ਚੁੰਨੀਆਂ ਸਕਾਉਂਦਾ ਫਿਰਦਾ। ਉਹ ਜਿਹਦਾ ਚੱਲਦਾ ਇਲਾਕੇ ਵਿੱਚ ਨਾ, ਜੱਟ ਚੁੰਨੀਆਂ ਸਕਾਉਂਦਾ ਫਿਰਦਾ ਹੈ। ਕੀ ਬਾਤ ਹੈ, ਤੁਸੀਂ ਵੀ ਆਪਣੀ ਲਾਈਫ 'ਚ ਕਿਸੇ ਦੀਆਂ ਚੁੰਨੀਆਂ ਸਕਾਈਆਂ ਨੇ? ਨਹੀਂ ਹਜੇ ਤਾਂ ਨਹੀਂ ਸਕਾਈਆਂ। ਕੋਈ ਨਹੀਂ ਤੁਹਾਨੂੰ ਵੀ ਮੌਕਾ ਮਿਲੂਗਾ। ਕੋਈ ਗੱਲ ਨਹੀਂ, ਜਦੋਂ ਮੌਕਾ ਮਿਲੇਗਾ ਤਾਂ ਫਿਰ ਸਕਾ ਲਾਂਗੇ। ਮਤਲਬ ਮੰਨਦੇ ਹੋ ਸਕਾਉਂਗੇ ਜ਼ਰੂਰ? ਨਹੀਂ ਇਹ ਤਾਂ ਤੁਸੀਂ ਮੁੱਕਰਦੇ ਪਏ ਹੋ। ਨਹੀਂ ਨਹੀਂ ਕਦੇ ਕਹਿੰਦੇ ਹੋ ਸਕਾਉਂਗਾ, ਰੱਬ ਕਵਰੇ ਲੋੜ ਨਾ ਹੀ ਪਵੇ। ਚਲੋ ਤੁਸੀਂ ਜਿੱਦਾਂ ਕਾਫੀ ਟਾਈਮ ਤੋਂ ਗਾ ਰਹੇ ਹੋ, ਬਚਪਨ ਤੋਂ ਹੀ ਸਟਾਰਟ ਕੀਤਾ ਹੋਇਆ ਹੈ ਨਾ, ਤੇ ਅੱਜ ਔਰ ਉਸ ਟਾਈਮ ਦੇ ਵਿੱਚ ਕੀ ਡਿਫਰੈਂਸ ਹੈ? ਬੜਾ ਡਿਫਰੈਂਸ ਹੈ ਜੀ। ਉਦੋਂ ਟਾਈਮ ਹੁੰਦਾ ਸੀ ਵੀ ਉਦੋਂ ਐਲਬਮ ਦਾ ਟਾਈਮ ਸੀ ਜੀ, ਹੈ ਨਾ, ਸਿੰਗਰ ਐਲਬਮ ਕਰ ਦਿੰਦੇ ਸੀ। ਅੱਜ ਕੱਲ੍ਹ ਸਿੰਗਲ ਟਰੈਕ ਦਾ ਉਹ ਹੈ ਵੀ ਇੱਕ, ਉਦੋਂ ਅਤੇ ਅੱਜ ਦੇ ਕੰਮ 'ਚ ਇੰਨਾ ਫਰਕ ਹੈ। ਉਦੋਂ ਇੱਕ ਗਾਣਾ 25,000 'ਚ ਵੀ ਹੋ ਜਾਂਦਾ ਸੀ ਜੀ, ਅਤੇ ਅੱਜ 2-3 ਲੱਖ 'ਚ ਇੱਕ ਗਾਣਾ ਹੁੰਦਾ ਹੈ। ਮਤਲਬ ਇੰਨਾ ਫਰਕ ਪੈ ਗਿਆ ਔਰ ਗਾਇਕੀ ਵਿੱਚ ਵੀ ਬੜਾ ਫਰਕ ਪੈ ਗਿਆ। ਅੱਜ ਕੱਲ੍ਹ ਬਿਲਕੁਲ ਜਿਵੇਂ ਟ੍ਰੈਂਡ ਜੋਨਰ ਚੇਂਜ ਹੋ ਗਿਆ ਹੈ ਨਾ, ਜਿਵੇਂ ਹੁਣ ਅੱਜ ਕੱਲ੍ਹ ਹਿਪ ਹੋਪ ਚੱਲ ਰਿਹਾ ਅਤੇ ਯੂਥ ਪਸੰਦ ਕਰ ਰਿਹਾ ਜਿਹਨੂੰ, ਇਹ ਸਭ ਤੋਂ ਵੱਡਾ ਮਤਲਬ ਕਿ ਇੱਕ ਯੂਥ ਜਨਰੇਸ਼ਨ ਗੈਪ ਦਾ ਬੜਾ ਫਰਕ ਹੋ ਜਾਂਦਾ ਜੀ। ਯੂਥ ਅੱਜ ਕੱਲ੍ਹ ਟੇਸਟ ਮਿਊਜ਼ਿਕ ਦਾ ਚੇਂਜ ਹੋ ਗਿਆ ਟੋਟਲੀ। ਉਹ ਵੀ ਉਸ ਟਾਈਮ ਹੀ ਵਧੀਆ ਸੀ, ਉਸ ਟਾਈਮ ਦੇ ਹਿਸਾਬ ਨਾਲ ਉਹ ਬਹੁਤ ਵਧੀਆ ਲੱਗਦਾ ਸੀ, ਪਰ ਅੱਜ ਕੱਲ੍ਹ ਦੇ ਹਿਸਾਬ ਨਾਲ ਟਾਈਮ ਦੇ ਹਿਸਾਬ ਨਾਲ ਇਹ ਬਹੁਤ ਵਧੀਆ ਲੱਗਦਾ। ਮਤਲਬ ਦੋਨੋਂ ਹੀ ਵਧੀਆ ਨੇ ਆਪਣੇ 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 ਟਾਈਮ ਦੇ ਅਕੋਰਡਿੰਗ ਜੀ। ਜਿੱਦਾਂ ਆਪਾਂ ਅੱਜ ਕੱਲ੍ਹ ਦੇਖਦੇ ਹਾਂ ਕਿ ਸਾਰੇ ਸਿੰਗਰ ਅੱਗੇ ਆਉਣ ਲਈ ਹੈ ਨਾ ਹਥਿਆਰ ਨਸ਼ੇ ਇੱਦਾਂ ਦੀਆਂ ਚੀਜ਼ਾਂ ਦੀ ਯੂਜ਼ ਕਰਦੇ ਨੇ ਆਪਣੇ ਸੌਂਗਸ 'ਚ, ਹਾਂਜੀ ਹਾਂਜੀ, ਤੇ ਤੁਸੀਂ ਨਹੀਂ ਕਦੇ ਸੋਚਿਆ ਕਿ ਮੈਂ ਵੀ ਇੱਦਾਂ ਦਾ ਕੁਛ ਕਰਾਂ? ਨਹੀਂ ਇਹ ਜ਼ਰੂਰੀ ਨਹੀਂ ਗਾ ਅੱਗੇ ਆਉਣ ਵਾਸਤੇ ਵੀ ਉਹੀ ਗਾਣੇ ਮਤਲਬ ਆਪਾਂ ਯੂਜ਼ ਕਰ ਸਕਦੇ ਹਾਂ, ਜਿਵੇਂ ਸਤਿੰਦਰ ਸਰਤਾਜ ਭਾਜੀ ਨੇ ਲੋੜ ਪਈ ਨੀ, ਕਿਉਂਕਿ ਆਪਣਾ ਨਾ ਆਪਾਂ ਉਦਾਂ ਦੇ ਹੈਗੇ ਨਾ ਹੀ ਸਾਡੇ ਮੂੰਹ ਉਹ ਚੀਜ਼ ਚੰਗੀ ਲੱਗਣੀ। ਇਹ ਮੈਨੂੰ ਲੱਗਦਾ, ਮੈਂ ਪਰਸਨਲੀ ਮੇਰਾ ਉਹ ਹੈ ਕਿ ਮੈਨੂੰ, ਮੈਂ ਜੇ ਹਥਿਆਰ ਵਾਲਾ ਗਾਣਾ ਗਾਵਾਂ ਮੈਨੂੰ ਪਤਾ ਮੈਨੂੰ ਨਹੀਂ ਚੰਗਾ ਲੱਗਣਾ। ਮਤਲਬ ਆਪਣੇ ਟੇਸਟ ਦੀ ਆਪਣੀ ਵੇ ਦੀ ਗੱਲ ਆ ਕਿ ਹਾਂ ਕਿੱਦਾਂ ਆਪਾਂ ਪ੍ਰੈਜ਼ੈਂਟ ਕਰਦੇ ਆ ਕਿ ਉਹ ਪਬਲਿਕ ਨੂੰ ਪਸੰਦ ਆਵੇ। ਹਾਂ ਪਬਲਿਕ ਨੂੰ ਪਸੰਦ ਆਵੇ, ਬਿਲਕੁਲ ਸਹੀ ਗੱਲ ਹੈ। ਮਤਲਬ ਤੁਸੀਂ ਆਪਣੇ ਆਉਣ ਵਾਲੇ ਜੋ ਵੀ ਪ੍ਰੋਜੈਕਟ ਹੋਣਗੇ ਉਹਨਾਂ ਵਿੱਚ ਨਹੀਂ ਵਰਤੋਂ ਕਰੋਗੇ ਇਹਨਾਂ ਦੀ? ਇਹ ਨਹੀਂ ਕਹਿ ਸਕਦਾ ਵਰਤੋਂ ਨਹੀਂ ਕਰਾਂਗਾ। ਓਕੇ ਹਾਂ ਇਹ ਹੁਣ ਮਿਊਜ਼ਿਕ ਤੇ ਬੜੇ ਗਾਣਿਆਂ ਦਾ ਕੀਤਾ, ਹਥਿਆਰਾਂ ਵਾਲੇ ਬਥੇਰੇ ਗਾਣਿਆਂ ਨੇ ਮਿਊਜ਼ਿਕ ਕੀਤਾ, ਬਟ ਇਹ ਆ ਵੀ ਪਰਸਨਲੀ ਜੇ ਮੈਂ ਚਾਹਾਂ ਮੈਂ ਨਹੀਂ ਚਾਹਾਂਗਾ। ਮਤਲਬ ਇੱਕ ਚੋਇਸ ਦਿੱਤੀ ਜਾਵੇ ਅਗਰ ਤੁਹਾਨੂੰ ਕਿ ਤੁਸੀਂ ਉਹ ਵਾਲੇ ਗਾਣੇ ਗਾਓ ਤਾਂ ਆਹ ਵਾਲੇ ਗਾਣੇ ਗਾਓ ਤਾਂ ਫਿਰ ਤੁਸੀਂ ਕੀ ਚੂਜ਼ ਕਰੋਗੇ? ਮੈਂ ਤੇ ਜੋ ਮੇਰਾ ਜੋਨਰ ਹੈ ਮੈਂ ਉਹੀ ਗਾਣਾ ਪਸੰਦ ਕਰਾਂਗਾ ਜੀ।
ਮਨਪ੍ਰੀਤ ਜੀ ਤੁਹਾਡਾ ਆਪਣਾ ਕੋਈ ਗਾਣਾ ਜਿਹੜਾ ਤੁਹਾਡੇ ਮਤਲਬ ਮਨ ਨੂੰ ਬਹੁਤ ਚੰਗਾ ਲੱਗਦਾ ਹੈ, ਤੁਹਾਨੂੰ ਲੱਗਦਾ ਕਿ ਮੈਂ ਹਰ ਟਾਈਮ ਇਹ ਗੁਣਗੁਣਾ ਸਕਦਾ ਹਾਂ, ਗਾ ਸਕਦਾ ਹਾਂ, ਉਹਦੇ ਦੋ ਬੋਲ ਸਾਡੇ ਨਾਲ ਵੀ ਸਾਂਝੇ ਕਰੋ। ਦੇਖੋ ਮੈਨੂੰ ਜਿਹੜੇ ਵੀ ਗਾਣੇ ਮੈਂ ਗਾਏ ਆ ਜੀ, ਮੈਨੂੰ ਸਾਰੇ ਵਧੀਆ ਲੱਗਦੇ ਨੇ। ਕੁਛ ਅੱਗੋਂ ਐਲਬਮ ਜਿਹੜੀ ਅੱਗੋਂ ਆਉਣੀ ਹੁਣ ਉਹਦਾ ਇੱਕ ਗੀਤ ਆ, ਐਤਕੀ ਮਹੀਨੇ ਵੀ ਤੂੰ ਆਇਆ ਨਾ ਕਰੇ, ਕਿਤੇ ਛੱਡ ਨਾ ਦੇਵੇਂਗਾ ਮੇਰਾ ਦਿਲ ਜਾ ਡਰੇ। ਐਤਕੀ ਮਹੀਨੇ ਵੀ ਤੂੰ ਆਇਆ ਨਾ ਕਰੇ, ਕਿਤੇ ਛੱਡ ਨਾ ਦੇਵੇਂਗਾ ਮੇਰਾ ਦਿਲ ਜਾ ਡਰੇ। ਡਰਦੀ ਨਾ ਬਹਿੰਦੀ ਚਾਚੀ ਤਾਈਆਂ ਕੋਲੇ, ਮੈਂ ਜਿਹੜੀ ਸਾਕ ਲੈ ਕੇ ਆਉਂਦੀ ਮੈਨੂੰ ਬਾਹਰਲੇ। ਵੇ ਜਾਤਾਂ ਵਿਆਹ ਕੇ ਲੈ ਜਾ ਮੈਨੂੰ ਪੱਟ ਹੋਣਿਆ, ਵੇਖੀ ਕਰਨੇ ਮੈਂ ਗੇੜੇ ਤੇਰੇ ਥਾਰ ਦੇ। ਜਾਤਾਂ ਵਿਆਹ ਕੇ ਲੈ ਜਾ ਮੈਨੂੰ ਪੱਟ ਹੋਣਿਆ, ਵੇਖੀ ਕਰਨੇ ਮੈਂ ਗੇੜੇ ਤੇਰੇ ਥਾਰ ਦੇ। ਤੁਹਾਨੂੰ ਕਿਹਾ ਵੀ ਹੈ ਕਿਸੇ ਨੇ ਇੱਦਾਂ? ਹਾਂ ਕਿਹਾ, ਬਹੁਤਿਆਂ ਨੇ ਕਿਹਾ। ਤੇ ਕਿਸੇ ਵੱਲ ਗੌਰ ਵੀ ਕੀਤਾ ਆ? ਹਾਂ ਗੌਰ ਕੀਤਾ। ਤੇ ਸੋਚਿਆ ਫਿਰ ਕੁਛ ਕਿ ਵਿਆਹ ਕੇ ਲੈ ਜਾਂਗੇ ਜਾਂ ਨਹੀਂ? ਸੋਚ ਲਿਆ, ਸੋਚਿਆ ਹੋਇਆ ਮਨ ਚ ਹੈਗਾ। ਉਹਨਾਂ ਨੂੰ ਪਤਾ? ਉਹਨਾਂ ਨੂੰ ਵੀ ਪਤਾ ਹੈ। ਚਲੋ ਬਹੁਤ ਵਧੀਆ ਗੱਲ ਹੈ, ਮਤਲਬ ਤੁਹਾਡਾ ਵਿਆਹ ਜਲਦੀ ਵੇਖਣ ਨੂੰ ਮਿਲੂਗਾ। ਹਾਂ ਪੱਕਾ। ਮਨਪ੍ਰੀਤ ਜੀ ਜਿੱਦਾਂ ਤੁਹਾਡਾ ਰੂਪ ਹੈ ਨਾ, ਤੁਸੀਂ ਸਰਦਾਰੀ ਆਪਣੀ ਕਾਇਮ ਰੱਖੀ ਹੋਈ ਹੈ, ਪੱਗ ਬੰਨੀ ਹੋਈ ਹੈ ਨਾ, ਜਿੱਦਾਂ ਆਪਾਂ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਦੇਖਦੇ ਹਾਂ, ਉਹ ਪੋਪ ਮਿਊਜ਼ਿਕ ਹਿਪ ਹੋਪ ਸੁਣਦੇ ਨੇ ਅਤੇ ਉੱਦਾਂ ਦੇ ਹੀ ਹੇਅਰ ਸਟਾਈਲਸ, ਮਤਲਬ ਆਪਣੇ ਕੇਸ਼ ਕਟਵਾ ਦਿੰਦੇ ਨੇ। ਹਾਂਜੀ ਹਾਂਜੀ, ਇਹਦੇ ਬਾਰੇ ਕੁਛ ਕਹੋਗੇ? ਇਹ ਤਾਂ ਦੇਖੋ ਜੀ ਆਪਣੇ ਮਨ ਦੀ ਗੱਲ ਹੁੰਦੀ ਹੈ, ਬਟ ਮੈਂ ਇੱਕ ਚੀਜ਼ ਦਾ, ਮੇਰਾ ਆਪਣਾ ਐਕਸਪੀਰੀਅੰਸ ਹੈ ਵੀ ਕੇਸ਼ ਦੇ ਨਾਲ ਸਿੰਗਿੰਗ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਜੀ। ਜਿਹਨੇ ਅੱਗੇ ਆਉਣਾ ਹੈ ਨਾ ਉਹਨੇ ਕੇਸ ਵਿੱਚ ਵੀ ਆ ਜਾਣਾ, ਜਿਹਨੇ ਨਹੀਂ ਅੱਗੇ ਆਉਣਾ ਉਹਨੇ ਕੇਸ ਕਟਾ ਕੇ ਵੀ ਅੱਗੇ ਨਹੀਂ ਆਉਣਾ। ਨਹੀਂ ਮੇਰੇ ਕਹਿਣ ਦਾ ਮਤਲਬ ਉਹ ਨਹੀਂ ਆ, ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿੱਦਾਂ ਦੇ ਆਪਾਂ ਸੌਂਗ ਸੁਣਦੇ ਆ ਹੈ ਨਾ, ਉਦਾਂ ਦੀਆਂ ਹਾਂ ਮੈਂ ਉਹੀ ਉਹੀ ਗੱਲ ਕਰਦਾ ਪਿਆ ਵਾਂ। ਜਿਹਨੇ ਅੱਗੇ ਆਉਣਾ ਹੁੰਦਾ ਨਾ, ਜਿਹਦੇ ਵਿੱਚ ਟੈਲੈਂਟ ਹੁੰਦਾ, ਅਤੇ ਹੁਣ ਆਪਣਾ ਸਭ ਤੋਂ ਵੱਡਾ ਉਦਾਹਰਣ ਜਿਵੇਂ ਇੱਕ ਕਾਕਾ ਸਿੰਗਰ ਮੁੰਡਾ ਜੀ ਹੈ ਨਾ, ਹੁਣ ਉਹਨੇ ਤਾਂ ਮਤਲਬ ਕਿ ਇਹ ਲਾ ਲਓ ਵੀ ਇਹ ਚੀਜ਼ ਖਤਮ ਹੀ ਕਰਤੀ ਹੈ ਨਾ। ਸਿੱਧੂ ਬਾਈ ਆਪਣੇ ਸਭ ਨੂੰ ਪਤਾ ਹੀ ਹੈ ਹੈ, ਉਹਨਾਂ ਨੇ ਵੀ ਇਸ ਚੀਜ਼ ਨੂੰ ਉਹ ਨਹੀਂ ਕੀਤਾ, ਆਪਣਾ ਸਿੰਪਲ ਜਿਵੇਂ ਸ਼ਰਟ ਪਾਈਏ ਕੋਈ ਲੈਣਾ ਦੇਣਾ ਨਹੀਂ ਇਸ ਚੀਜ਼ ਨਾਲ ਵੀ। ਮਤਲਬ ਮੇਨ ਗੱਲ ਇਹ ਆ ਵੀ ਟੈਲੈਂਟ, ਜੇ ਤੁਹਾਡੇ ਅੰਦਰ ਟੈਲੈਂਟ ਹੈ ਨਾ ਤਾਂ ਇਹ ਚੀਜ਼ਾਂ ਸੈਕੰਡਰੀ ਨੇ। ਓਕੇ, ਲੋਕਾਂ ਨੇ ਤੁਹਾਡਾ ਟੈਲੈਂਟ ਪਹਿਲਾਂ ਚੈੱਕ ਕਰਨਾ, ਇਹ ਚੀਜ਼ਾਂ ਸੈਕੰਡਰੀ ਨੇ, ਅਤੇ ਇਹ ਮਤਲਬ ਕਿ ਸਾਰਿਆਂ ਦੇ ਵਹਿਮ ਦੂਰ ਕਰਤੇ। ਪਹਿਲਾਂ ਕੀ ਹੁੰਦਾ ਸੀ, ਪਹਿਲਾਂ ਬੜਾ ਟ੍ਰੈਂਡ ਚੱਲ ਗਿਆ ਸੀ ਵਾਲ ਖੜ੍ਹੇ ਕਰਕੇ, ਕੰਨਾਂ 'ਚ ਵਾਲੀਆਂ ਪਾ ਕੇ। ਜਦੋਂ ਮੈਂ ਆਪਣੇ ਟਾਈਮ, ਤੁਸੀਂ ਕਹਿ ਰਹੇ ਸੀ ਨਾ ਵੀ ਉਹ 10 ਸਾਲ ਪੁਰਾਣੀ ਗੱਲ, ਇਹ ਸਾਡਾ ਜਿਹੜਾ ਉਹ ਟਾਈਮ ਸੀ ਨਾ ਉਹ ਇੱਦਾਂ ਦੇ ਟਾਈਮ ਸੀ ਵੀ ਉਹਨਾਂ ਨੂੰ ਲੱਗਦਾ ਸੀ ਵੀ ਵਾਲ ਕਟਾਉਣ ਨਾਲ ਜਲਦੀ ਫੇਮਸ ਹੋ ਜਾਂਦਾ, ਪਰ ਅੱਜ ਕੱਲ੍ਹ ਦੀ ਜਨਰੇਸ਼ਨ ਮੈਂ ਜਿੱਦਾਂ ਕਿ ਮੰਨ ਲਓ ਪਹਿਲਾਂ ਹੈ ਸੀ ਇੱਦਾਂ ਟਾਈਮ ਹੈ ਨਾ, ਹੁਣ ਅੱਜ ਕੱਲ੍ਹ ਬਿਲਕੁਲ ਡਿਫਰੈਂਟ ਹੈ ਕੰਮ। ਸਿੱਖੀ ਸਰੂਪ ਦੇ ਵਿੱਚ ਬੜੇ ਮਤਲਬ ਕਿ ਕਲਾਕਾਰ ਅੱਗੇ ਆ ਰਹੇ ਨੇ ਅੱਜ ਕੱਲ੍ਹ, ਤੁਸੀਂ ਦੇਖੋਗੇ ਮਤਲਬ ਲੱਗਦਾ ਵੀ ਹਾਂ ਯਾਰ ਜੇ ਅੱਗੇ ਆਉਣਾ ਤਾਂ ਇੱਦਾਂ ਵੀ ਆ ਸਕਦੇ ਹਾਂ ਆਪਾਂ। ਬਿਲਕੁਲ, ਮਤਲਬ ਪਹਿਰਾਵਾ ਮਾਇਨੇ ਨਹੀਂ ਰੱਖਦਾ ਅਗਰ ਤੁਹਾਡੇ ਕੋਲ ਟੈਲੈਂਟ ਹੈ। ਟੈਲੈਂਟ ਹੈ। ਮਨਪ੍ਰੀਤ ਜੀ ਜਿੱਦਾਂ ਆਪਾਂ ਬਚਪਨ 'ਚ ਬਹੁਤ ਸ਼ਰਾਰਤਾਂ ਕਰਦੇ ਹਾਂ ਨਾ, ਕੁਛ ਬੱਚੇ ਨਹੀਂ ਵੀ ਕਰਦੇ ਹੈਗੇ, ਅਤੇ ਤੁਸੀਂ ਬਚਪਨ 'ਚ ਕਿੱਦਾਂ ਦੇ ਸੀਗੇ, ਸ਼ਰਾਰਤੀ ਸੀਗੇ ਜਾਂ ਫਿਰ ਉਹ ਭੋਲੇ ਭਾਲੇ ਸਾਊ ਕਾਕਾ? ਨਹੀਂ ਨਹੀਂ, ਮੈਂ ਬਚਪਨ 'ਚ ਬਹੁਤ ਸ਼ਰਾਰਤੀ ਸੀ, ਮੈਂ ਬਚਪਨ 'ਚ ਇੰਨਾ ਕੁ ਸ਼ਰਾਰਤੀ ਸੀ ਵੀ ਤੁਸੀਂ ਇਹ ਲਾ ਲਓ ਵੀ ਮੇਰੇ ਸ਼ੌਂਕ, ਮੈਂ ਦੱਸਣਾ ਕੀ ਹੁੰਦਾ ਸੀ, ਮੇਰੇ ਸ਼ੌਂਕ ਹੁੰਦੇ ਸੀ ਮੋਟਰਸਾਈਕਲਾਂ ਸਕੂਟਰਾਂ ਦੀਆਂ ਬਲੇਡ ਮਾਰ ਕੇ ਗੱਦੀਆਂ ਫਾੜ ਦੇਣੀਆਂ ਹੈ, ਅਤੇ ਬੱਟੇ ਚੁੱਕ ਕੇ ਜਿਵੇਂ ਦੁਕਾਨ 'ਤੇ ਸ਼ੀਸ਼ੇ 'ਤੇ ਟਿਊਬਾਂ ਲੱਗੀਆਂ ਹੁੰਦੀਆਂ ਨਾ, ਬੋਰਡ 'ਤੇ ਬਾਹਰ ਟਿਊਬਾਂ ਲੱਗਦੀਆਂ, ਆਪਾਂ ਰਾਤੀ ਨਿਕਲਦੇ ਸੀ ਮੇਰੇ ਦੋਸਤ ਅਤੇ ਮੈਂ, ਉਹ ਟਿਊਬ ਤੋੜਨੀ ਹੈ, ਬਸ ਇੰਨਾ ਸ਼ੌਂਕ ਹੁੰਦਾ ਸੀ ਵੀ ਉਸ ਟਿਊਬ ਤੋੜਨੀ ਹੈ, ਲੋਕਾਂ ਦੇ ਘਰ ਦੀ ਘੰਟੀ ਵਜਾ ਕੇ ਭੱਜ ਜਾਣਾ, ਕਦੀ ਟੇਪ ਲਾ ਕੇ ਭੱਜ ਜਾਣਾ, ਮੈਂ ਬਹੁਤ ਸ਼ਰਾਰਤੀ ਸੀ ਬਚਪਨ 'ਚ। ਕਦੇ ਡਾਂਟ ਪਈ ਹੈ ਘਰੇ ਆ ਕੇ ਕਿਸੇ ਨੇ ਦੱਸਿਆ ਹੋਵੇ ਕਿ ਤੁਹਾਡਾ ਮੁੰਡਾ ਇੱਦਾਂ ਕਰਕੇ ਸਾਡੀ ਲਾਈਟ ਭੰਨਤੀ ਆ? ਹਾਂ, ਰੋਜ਼ ਲਾਮੇ ਹੁੰਦੇ ਸੀ, ਮੰਮੀ ਇੰਨਾ ਕੁ ਤੰਗ ਹੋ ਗਏ ਸੀ, ਮੰਮੀ ਕਹਿੰਦੇ ਜੋ ਮਰਜ਼ੀ ਕਰੋ ਮੇਰੇ ਵੱਲੋਂ ਖੁੱਲ੍ਹੀ ਛੁੱਟੀ ਹੈ, ਲੈ ਜਾਓ ਇਹਨੂੰ, ਹਾਂ ਜੋ ਮਾਰਨਾ ਕੁੱਟੋ ਜੋ ਕਰਨਾ ਕਰੋ, ਕੋਈ ਚੱਕਰ ਵਾਲੀ ਗੱਲ ਨਹੀਂ, ਮੈਂ ਮੇਰੇ ਹੱਥ ਖੜੇ ਨੇ, ਤੁਹਾਡਾ ਜੋ ਜੇ ਤੁਹਾਡੇ ਹੱਥ 'ਚ ਆ ਗਿਆ, ਮੈਂ ਹੱਥ ਨਹੀਂ ਆਉਂਦਾ ਸੀ।
मतलब बचपन तो बहुत ज्यादा शरारती सीगे ते बचपन ते आज दे मानप्रीत की फर्क देखदे हो कि ओने ही शरारती हो जां फिर कुछ चेंजेस आ गए जिद्दा जिद्दा वड्डे हुंदे गए? नहीं, बड़ा फर्क पै गया, उल्ट हो गया सिस्टम। शरारती तो भोले हो गए हो जां समझदार हो गए हो? हाँ, समझदार लगा लो, मतलब भोले और समझदार दा मिक्सचर ना ला लिए। हाँ, मिक्सचर ला सकते हो। जी मनप्रीत जी, कुछ ऐदा दा कन्फेशन जेड़ा कि अज तक किसी नू भी नहीं पता हैगा, तुहाडी लाइफ च कुछ ऐदा दा होया होवे कि हले तक अज तक तुहाडे मन च ही है ओ गल? कुछ ना कुछ होंदे ही रहिंदा। मतलब बहुत सारियां गल्लां ने ऐदा दियां। हाँ, बहुत सारियां गल्लां ने, कुछ ना कुछ ते होंदा ही रहिंदा, कदी की हो जाए कदी की हो जाए। बचपन दी एक गल तुहानू दसदा वां, अपना साइकल साइकल ते जांदे हुंदे सी जी, साडे ना उत्थे इक पार्क, एक अटल पार्क, ते मैनूं ना बूटियां दा फुल्लां फलां दा बहुत शौक है, फुल नूं प्लांट प्लांट करे लाने है ना, इन्हां चीज़ां दा मैनूं बहुत शौक रहा है बचपन तो ही। ते आपां ना वो पार्क च गए तो फुल तोड़ लिया, मतलब कि मेरे दिल से कि पट के ते घरे जाके लाऊंगे। अच्छा, ठीक है। ते वो तीन चार फुल पट के ना अब टंगने से साइकिल दे अगे, मैनूं इह लगा भी साइकिल दे अगे टंगा ना खराब हो जाएंगे, इहनूं पिछे टंगना। मैं की किया, साइकिल के अगों घूम के ना दूजे साइकिल के अगे टंगते, किसी होर बंदे साइकिल के अगे फुल टंगते, वो गलती नाल ही उही साइकिल चला के मैं घरे आ गया। मैनू ये भी नहीं पता लगा कि मैं साइकिल किसी होर का चुक लिया। तो मैं जो शामी मैं बैठा ध्यान मंजी ते, तो मैं क्या यार कमाल हो गई यार साइकिल, ये तो बड़ा अजीब जहा लगता पे यार, मैं कहता मेरा साइकिल ही नहीं है। तो फिर मैं अपने दोस्त को फोन किया, मैं क्या यार गलती हो गई बड़ी वड्डी, मैं कहता क्यों हो गया? तो मैं क्या यार साइकिल गलती नाल चुक लिया भी किसी का, कहता यार वो तो कहता तो बड़ा काम खराब होया। मैं क्या चल जल्दी चल, आप फटाफट भज के गए, वेख्या तो साढ़ा भी साइकिल गायब हो गया। मैं क्या फिर चलो वो साडा लै गया, आप साइकिल एक्सचेंज कर लिया, साइकिल चेंज हो गया, पता ही नहीं लगा, घरे आके पता लगा साइकिल चेंज कर रहे हैं। मतलब यह जी इंसीडेंट बड़े हुए ने लाइफ च। ओके, मतलब हुण असीं मान लैने आ कि तुसीं भोले वी हो, तुहानूं इह वी नहीं पता लग्गिया तुहाडा साइकिल किहड़ा है। ध्यान ही नहीं रहा, मतलब इन्ने कु ज्यादा वो कहिंदे इक एक्साइटमेंट चोरी खुशी हो जांदी आ। हां, वो चुक चोरी करके लाए भोले पहुंचन चुपके चुपके, ते ओ मतलब इन्ने कु एक्साइटेड सी भी इक डर भी सी भी हाय कोई वेख ना ले कोई वेख लैने, उस चक्कर दे विच साइकिल कि होर दा चक लै। खुशबूदार रखन लई, सोहना रखन लई। बिलकुल जी, बिलकुल। चलो हुण सवाल बहुत ज्यादा हो गए ने, हुण आपां इहनां नाल खेडदे आ इक प्यारी जी गेम, ठीक है जी? हां जी, हां जी। हुण आपां इहनां नूं गेम समझा दिंदे आ, गेम दा नाम है रैपिड फायर, जिदे विच मैं पांच आर्टिस्ट दा नाम लूंगी, तुसी दसना है उन्हां विच इदां दा केड़ा गुण है जिहड़ा तुसी अडोप्ट करना चाहुंदे हो, ठीक है? तुसी बिल्कुल नहीं सोचना हैगा, फटाफट जिद्दां ही मेरा क्वेश्चन खत्म हुंदा है तुसी इदां करके आंसर दे देना, ठीक है? ठीक है जी, पहला मैं नाम लूंगी गुरु रंधावा। गुरु रंधावा वॉइस क्वालिटी। सुखविंदर सिंह। कलाकारी। दिलजीत दोसांझ। एक्टिंग। एमी विर्क। पर्सनैलिटी। तरसेम जसड़। पग। ठीक है जी, बहुत वधिया तरीके नाल तुसी आंसर दिते। जिदा असी वेख्या है कि तुसी सोलो सोंग्स गाए ने हुण तक, हांजी हांजी, है ना? हुण मैं कुछ फीमेल आर्टिस्ट दा नाम लूंगी, उहनां विचों तुसी दसना है कि किहदे नाल तुसी डुएट सोंग करना चाहोगे। ओके, अफसाना खान, गुरलीज अख्तर, शिप्रा गोयल, निमरत खैरा और कौर भी। सब तो पहला तो मैं गुरलीज मैम नाल, अख्तर नाल, साढ़े बहुत सीनियर ने जी, ते दूजे नंबर ते शिप्रा गोयल, जिन्हां दी आवाज मैनूं बहुत वधिया लगदी है। ओके, ते उहनां नाल ते करना ही करना सोंग। मतलब तो असी इदा मान सकदे हां कि तुहाडे आन वाले प्रोजेक्ट जिहड़े उहनां नाल आणगे? हां जी हां जी, बिल्कुल जरूर। चलो असी भी उम्मीद करदे हां एंड कांग्रेचुलेशंस कहंदे हां, तुहानूं दुआवां दिंदे हां कि जल्दी तो जल्दी इहनां नाल तुहाडे सोंग्स आण और सक्सेसफुल होन, सुपर डुपर हिट होन। थैंक यू जी।
ਮਨਪ੍ਰੀਤ ਜੀ ਜਿੱਦਾਂ ਤੁਸੀਂ ਦੱਸਿਆ ਕਿ ਹਰ ਇੱਕ ਆਰਟਿਸਟ ਦੀ ਲਾਈਫ 'ਚ ਇੱਕ ਸਟਰਗਲਿੰਗ ਪੀਰੀਅਡ ਹੁੰਦਾ, ਤੁਹਾਡਾ ਵੀ ਸੀਗਾ ਉਸ ਟਾਈਮ 'ਚ, ਕੁਛ ਇੱਦਾਂ ਦੇ ਚਿਹਰੇ, ਇੱਦਾਂ ਦੇ ਇਨਸਾਨ ਜਿਨ੍ਹਾਂ ਨੇ ਤੁਹਾਡਾ ਸਪੋਰਟ ਕੀਤਾ, ਤੁਹਾਨੂੰ ਹੌਸਲਾ ਦਿੱਤਾ ਕਿ ਨਹੀਂ ਯਾਰ ਇੱਦਾਂ ਚੱਲਦਾ ਰਹਿੰਦਾ ਆ, ਕੋਈ ਨਹੀਂ ਚੰਗਾ ਟਾਈਮ ਵੀ ਆਊਗਾ? ਹਾਂ, ਇਹ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਮਦਰ ਜੀ ਹੈ ਨਾ, ਜਿਨ੍ਹਾਂ ਨੇ ਮੈਨੂੰ ਹਰ ਟਾਈਮ ਸਪੋਰਟ ਕੀਤਾ, ਵੀ ਉਹਨਾਂ ਨੇ ਮਤਲਬ ਡਿੱਗਣ ਨਹੀਂ ਦਿੱਤਾ ਮੈਨੂੰ। ਦੂਜੇ ਨੰਬਰ 'ਤੇ ਮੇਰੇ ਜਿਹੜੇ ਯਾਰ, ਮੇਰੇ ਦੋਸਤ ਹੈ ਨਾ, ਮਤਲਬ ਕਈ ਵਾਰੀ ਇੱਦਾਂ ਵੀ ਹੁੰਦਾ ਸੀ ਬੱਸਾਂ 'ਚ ਜਾਣ ਜੋਗਾ ਕਿਰਾਇਆ ਵੀ ਨਹੀਂ ਹੁੰਦਾ ਸੀ, ਮਤਲਬ ਕਿ ਕਦੀ ਜੇਬ 'ਚ ਪੈਸੇ ਪਾ ਦੇਣੇ ਹੈ ਨਾ, ਅਤੇ ਕਦੀ ਮਤਲਬ ਬਹੁਤ ਹੈਲਪ ਕੀਤੀ। ਇਹ ਆ ਵੀ ਨਾਂ 'ਤੇ ਚਲੋ ਮੈਂ ਕੀ ਲਵਾਂ, ਵੀ ਜੇ ਨਾਮ ਲੈਣ ਲੱਗ ਗਿਆ ਤਾਂ ਬੜਿਆਂ ਦੇ ਨਾਮ ਲੈਣੇ ਪੈਣੇ ਆ, ਅਤੇ ਬਸ ਇਹ ਆ ਵੀ ਬਹੁਤ ਉਹਨਾਂ ਨੇ ਹੈਲਪ ਕੀਤੀ। ਉਹਨਾਂ ਨੂੰ ਜੇ ਕੱਲ੍ਹ ਨੂੰ ਕਿਸੇ ਮੁਕਾਮ 'ਤੇ ਆਪਾਂ ਸਟੈਂਡ ਕਰਦੇ ਹਾਂ ਜਦੋਂ, ਅਤੇ ਜੇ ਕਿਤੇ ਮੌਕਾ ਮਿਲਿਆ ਤਾਂ ਜ਼ਰੂਰ ਖੜਾਂਗੇ ਉਹਨਾਂ ਨਾਲ ਵੀ, ਜਿਨ੍ਹਾਂ ਨੇ ਸਪੋਰਟ ਕੀਤੀ ਆਪਣੀ ਜੀ। ਪੀ ਜੀ, ਅਸੀਂ ਤੁਹਾਡੇ ਤੋਂ ਬਹੁਤ ਗਾਣੇ ਸੁਣੇ ਨੇ, ਹੁਣ ਮੇਰੇ ਲਈ ਵੀ ਇੱਕ ਗਾਣਾ ਗਾ ਦਿਉ, ਮੈਂ ਵੀ ਖੁਸ਼ ਹੋ ਜੂੰਗੀ। ਓਕੇ, ਮੈਂ ਪਿੱਛੇ ਕਰਕੇ ਜਿਹੜਾ ਗਾਣਾ ਆਇਆ ਸੀ ਸ਼ਹਿਨਾਜ਼ ਗਿੱਲ ਵਾਲਾ, ਉਹਦੇ ਦੋ ਕੁ ਲੈਣਾ ਸੁਣਾਉਣਾ। ਮੁੜੀ ਨਾ ਤੂੰ ਕਦੋਂ ਸਾਡੇ ਪਿੰਡ ਵਾਲੇ ਮੋੜ ਨੂੰ ਵਿਆਹ ਕੇ ਲੈ ਕੇ ਜਾਣਾ ਈ, ਕਿਹਾ ਕਰਾਂ ਹੋਰ ਨੂੰ। ਹਮੁੜ ਨਾ ਤੂੰ ਕਦੋਂ ਸਾਡੇ ਪਿੰਡ ਵਾਲੇ ਮੋੜ ਨੂੰ ਵਿਆਹ ਕੇ ਲੈ ਕੇ ਜਾਣਾ ਈ, ਕਿਹਾ ਕਰਾਂ ਹੋਰ ਨੂੰ। ਹੁਣ ਤਲਾ ਕੇ ਕੋਈ ਬਹਾਨੇ ਤੁਕ ਜੋੜਾ, ਹੋ ਤੇਰੇ ਪਿੱਛੇ ਪੱਟ ਹੋਣਿਆ ਵੇ ਮੈਂ ਰਿਸ਼ਤੇ ਤੇ ਰਿਸ਼ਤਾ ਮੋੜਾ, ਹੋ ਤੇਰੇ ਪਿੱਛੇ ਪੱਟ ਹੋਣਿਆ। ਭੂਆ ਚਾਚੀ ਮਾਮੀ ਰੋਜ਼ ਫੋਨ ਜਿਹਾ ਲਾਉਂਦੀ ਆ, ਬਹਾਨੇ ਨਾਲ ਡੈਡੀ ਜੀ ਨਾਲ ਗੱਲ ਜੀ ਚਲਾਉਂਦੀ ਆ, ਵੇ ਨਾਨੀ ਬੈਠੀ ਜਾਂਦੀ ਵਿੱਚ ਮੇਰੇ ਜੋੜਾ, ਹੋ ਤੇਰੇ ਪਿੱਛੇ ਪੱਟ ਹੋਣਿਆ ਵੇ ਮੈਂ ਰਿਸ਼ਤੇ ਤੇ ਰਿਸ਼ਤਾ ਮੋੜਾ, ਹੋ ਤੇਰੇ ਪਿੱਛੇ ਪੱਟ ਹੋਣਿਆ। ਹਾਏ ਕਿਆ ਬਾਤ ਹੈ, ਬਹੁਤ ਖੂਬ, ਮੈਨੂੰ ਤੁਹਾਡਾ ਗਾਣਾ ਬਹੁਤ ਵਧੀਆ ਲੱਗਿਆ ਅਤੇ ਸਾਡੇ ਦਰਸ਼ਕਾਂ ਨੂੰ ਵੀ ਬਹੁਤ ਵਧੀਆ ਲੱਗਿਆ ਹੋਊਗਾ। ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਸ਼ੋਅ 'ਚ ਆਏ। ਪੂਰੀ JCB ਟੀਮ ਵੱਲੋਂ ਮੈਂ ਤੁਹਾਡਾ ਥੈਂਕ ਯੂ ਕਰਦੀ ਹਾਂ ਕਿ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਆਏ, ਸਾਡੇ ਨਾਲ ਕੀਤੀਆਂ ਇੰਨੀਆਂ ਪਿਆਰ ਭਰੀਆਂ ਗੱਲਾਂ ਅਤੇ ਗਾਣੇ ਵੀ ਗਾਏ, ਅਤੇ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਸੇਜ ਇਹੀ ਹੈ ਵੀ ਬਸ ਚੱਲਦੇ ਚੱਲੋ, ਮਿਹਨਤ ਕਰਦੇ ਚੱਲੋ, ਜੋ ਤੁਹਾਨੂੰ ਮਿਲਣਾ ਉਹ ਆਪਣੇ ਆਪ ਮਿਲ ਜਾਣਾ। ਮਤਲਬ ਕਦੇ ਰੁਕੋ ਨਾ, ਹਮੇਸ਼ਾ ਚੱਲਦੇ ਰਹੋ, ਇਹ ਜ਼ਿੰਦਗੀ ਦਾ ਸਫ਼ਰ ਹੈ, ਇਹਦੇ ਵਿੱਚ ਕਦੇ ਰੁਕਣਾ ਨਹੀਂ, ਚੱਲਦੇ ਰਹੋ, ਉਹ ਦਿਨ ਜ਼ਰੂਰ ਆਊਗਾ ਜਦੋਂ ਕਾਮਯਾਬੀ ਤੁਹਾਡੇ ਵੀ ਕਦਮ ਚੁੰਮੂਗੀ। ਮਿਲਦੇ ਹਾਂ ਅਗਲੀ ਵਾਰੀ ਇੱਕ ਨਵੇਂ ਚਿਹਰੇ, ਇੱਕ ਨਵੀਂ ਸ਼ਖਸੀਅਤ ਦੇ ਨਾਲ, ਉਦੋਂ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ।